ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਵਾਲੇ ਬੰਦੇ ਨੂੰ $10,00,000 ਇਨਾਮ ਵਾਲਾ ਜਿਹੜਾ ਇਹ ਪੋਸਟਰ ਹੈ ਪੰਜਾਬ ਪੁਲਿਸ ਵਾਲਿਆਂ ਲੱਗ ਗਿਆ ਤੇ ਹੁਣ ਪੰਜਾਬ ਪੁਲਿਸ ਹੋ ਗਈ ਚੌਕਸ ਤੇ ਪੰਜਾਬ ਪੁਲਿਸ ਹੁਣ ਆਹ ਪੋਸਟਰ ਲਾਉਣ ਵਾਲੇ ਬੰਦੇ ਨੂੰ ਲੱਭੀ ਜਾਂਦੀ ਹੈ ਮਤਲਬ ਹੁਣ ਆਹ ਕਹਿ ਲੋ ਬਈ 3-4 ਮਹੀਨੇ ਤਾਂ ਕੈਪਟਨ ਸਾਹਿਬ ਮਤਲਬ ਕਰੋਨੇ ਕਰਕੇ ਨੀ ਲੱਗੇ ਤੇ ਹੁਣ ਜਿੰਨੀ ਦੇਰ ਪੁਲਿਸ ਵਾਲਿਆਂ ਨੂੰ ਇਹ ਪੋਸਟਰ ਲਾਉਣ ਵਾਲਾ ਨੀ ਲੱਜਦਾ ਓਨੀ ਦੇਰ ਕੈਪਟਨ ਸਾਹਿਬ ਫੇਰ ਨੀ ਮੈਨੂੰ ਲੱਗਦਾ ਕਿਸੇ ਨੂੰ ਲੱਜਦੇ ਹੈਲੋ ਹਾਂਜੀ ਲਾਈਨ ਮੈਨ ਸੁਚੈਨ ਬੋਲਦਾ ਜੀ ਕੀ ਸੇਵਾ ਕਰੀਏ ਹੈਂਜੀ ਅੱਛਾ ਬੀਬੀ ਬਾਦਲ ਦਾ ਕੀ ਬਿਆਨ ਆਇਆ ਅੱਛਾ ਅੱਛਾ ਬੀਬੀ ਬਾਦਲ ਨੇ ਮੋਦੀ ਸਰਕਾਰ ਨੂੰ ਇੱਕ ਅਹੰਕਾਰੀ ਪ੍ਰਧਾਨਮੰਤਰੀ ਦੱਸਿਆ ਅੱਛਾ ਅੱਛਾ ਤੇ ਉਹ ਕਹਿੰਦੇ ਆ ਵੀ ਚਾਹ ਬਣਾਉਣ ਵਾਲੇ ਬੰਦੇ ਨੂੰ ਲੋਕਾਂ ਨੇ ਚੱਕ ਕੇ ਪ੍ਰਧਾਨਮੰਤਰੀ ਬਣਾਤਾ ਬਿਲਕੁਲ ਸਹੀ ਹੈ ਤੇ ਹਾਂ ਤੇ ਕਿਸਾਨਾਂ ਨਾਲ ਮੋਦੀ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਹੈ ਵੈਸੇ ਗੱਲ ਕਰਨੀ ਚਾਹੀਦੀ ਹੈ ਯਾਰ ਮੋਦੀ ਸਾਹਿਬ ਤਾਂ ਗੱਲ ਹੀ ਨਹੀਂ ਕਰਦੇ ਯਾਰ ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਵਾਲੇ ਦੇਖ ਲਓ ਯਾਰ ਹੈ ਕਿਸਾਨਾਂ ਪਿੱਛੇ ਇਹਨਾਂ ਨੇ ਆਪਣੀ ਵਜ਼ੀਰੀਆਂ ਨੂੰ ਲੱਤਾਂ ਮਾਰਤੀਆਂ ਹਾਂ ਆਪਣੀ ਕੁਰਸੀਆਂ ਨੂੰ ਠੋਕਰਾਂ ਲਾਤੀਆਂ ਅਸਤੀਫੇ ਦੇਤੇ ਅਸਤੀਫੇ ਤੇ ਕੈਪਟਨ ਸਾਹਿਬ ਦੇਖ ਲਓ ਹਜੇ ਤੱਕ ਆਪਦਾ ਅਸਤੀਫਾ ਆਪਦੀ ਜੇਬ ਚ ਪਾਈ ਫਿਰਦੇ ਹੈ ਹੈ ਬਿਲਕੁਲ ਸਹੀ ਗੱਲ ਹੈ ਯਾਰ ਹਾਂ 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 ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਯਾਰ ਹੈ ਚਲੋ ਠੀਕ ਹੈ ਯਾਰ ਉਦੋਂ ਮਤਲਬ ਬੀਬੀ ਬਾਦਲ ਨੂੰ ਇਹ ਬਿੱਲ ਸਮਝ ਨਹੀਂ ਆਇਆ ਸੀ ਤੇ ਤਾਂ ਕਰਕੇ ਅਗਲਾ ਨੇ ਸਾਈਨ ਕਰਤੇ ਸੀ ਪਰ ਹੁਣ ਬੀਬੀ ਬਾਦਲ ਨੂੰ ਆ ਬਿੱਲ ਸਮਝ ਆ ਗਿਆ ਤੇ ਤਾਂ ਹੀ ਹੁਣ ਬੀਬੀ ਬਾਦਲ ਕਹਿੰਦੀ ਹੈ ਬਈ ਅਸੀਂ ਕਿਸਾਨਾਂ ਦੇ ਨਾਂ ਫੋਨ ਹੀ ਕੱਟਿਆ ਗਿਆ।